ਉਹੀ ਸ਼ੰਭੂ ਬਾਰਡਰ ਹੈ ਜਿੱਥੇ ਪੰਜਾਬ ਤੋਂ ਬਾਅਦ ਹਰਿਆਣੇ 'ਚ ਐਂਟਰੀ ਹੁੰਦੀ ਹੈ ਕਿਸਾਨਾਂ ਦੀ। ਪਿਛਲੀ ਵਾਰ ਇਸੇ ਹੀ ਰੋਡ ਤੋਂ ਐਂਟਰੀ ਹੁੰਦੀ ਹੈ, ਇੱਥੇ ਹੀ ਟਾਕਰੇ ਹੋਏ, ਇੱਥੇ ਹੀ ਉਹ ਸਥਿਤੀ ਜਿਹੜੀ ਕਿ ਗੰਭੀਰ ਹੁੰਦੀ ਨਜ਼ਰ ਆਈ ਤੇ ਹੁਣ ਜਿਹੜੀ ਕਿ ਸਥਿਤੀ ਬਹੁਤ ਜ਼ਿਆਦਾ ਫਰਕ ਦੇ ਵਿੱਚ ਨਜ਼ਰ ਆ ਰਹੀ ਹੈ। ਲੰਗਰ ਜਿਹੜੇ ਨੇ ਗੁਰੂ ਕੇ ਲੰਗਰ ਨੇ ਉਹ ਇਸ ਅੰਦੋਲਨ ਦੇ ਵਿੱਚ ਢਾਲ ਬਣ ਕੇ ਖੜੇ ਰਹੇ ਕਿਸਾਨਾਂ ਦੇ ਨਾਲ ਤੇ ਉਹ ਲੰਗਰ ਜਿਹੜੇ ਲੱਗਣੇ ਸ਼ੁਰੂ ਹੋ ਚੁੱਕੇ ਨੇ। ਇਹਨਾਂ ਦਾ ਲੰਗਰ ਨਾਢਾ ਸਾਹਿਬ ਡੇਲੀ ਲਾਉਂਦੇ 10 ਸਾਲਾਂ ਤੋਂ ਤੇ ਅੱਜ ਮਾਰਨਿੰਗ ਉਰੇ ਲੰਗਰ ਲਾ ਕੇ ਮੈਂ ਵੀ ਇਹਨਾਂ ਦੇ ਨਾਲ ਲੱਗ ਗਿਆ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਆਪਾਂ ਵੀ ਸੇਵਾ ਕਰਦੇ ਹਾਂ, ਕਿਉਂਕਿ ਪਿਛਲੀ ਵਾਰ ਮੈਂ ਜਦੋਂ ਧਰਨਾ ਲੱਗਿਆ ਸੀ ਮੈਂ ਸ਼ਿਮਲਾ ਸੀਗਾ ਤੇ ਮੈਂ ਡਰਾਈਵ ਕਰਦਾ ਨੋਵਾ ਟੈਕਸੀ ਗੱਡੀ ਹੈ ਤੇ ਮੈਂ ਸਪੈਸ਼ਲ ਆਇਆ ਕਿ ਅੱਜ ਲੋਕਲ ਹੈ, ਅੱਜ ਮੈਨੂੰ ਵੀ ਜਾਣਾ ਚਾਹੀਦਾ। ਹਰ ਰੋਜ਼ 4 ਵਜੇ ਅਸੀਂ ਨਾਢਾ ਸਾਹਿਬ ਪਹੁੰਚਣਾ ਹੁੰਦਾ। ਉੱਥੇ ਕਮਾਂਡ ਹਸਪੀਟਲ ਹੈ, ਬੱਤੀ ਵਾਲੇ ਪੀਜੀਆਈ ਵਾਲੇ ਮਰੀਜ਼ ਬਹੁਤ ਆਏ ਹੁੰਦੇ ਆ, ਉਹਨਾਂ ਨੂੰ ਪੈਕਿੰਗ ਕਰਕੇ ਪ੍ਰਸ਼ਾਦੇ ਦੇਈਦਾ। ਜੋ ਫੋਰਨ ਵਾਲਾ ਸਿਸਟਮ 60 ਫੁੱਟ ਉੱਚਾ ਗੇਟ ਲਾਵਾਂਗੇ, ਥੱਲਿਓ ਸਾਰੇ ਮੋਦੀ ਸਾਹਿਬ ਆਪੇ ਲੰਘਣਗੇ। ਪਰ ਜਿਵੇਂ ਪੇਸ਼ ਕੀਤਾ ਜਾ ਰਿਹਾ ਬਜ਼ੁਰਗੋ, ਉਹ ਸਾਹਮਣੇ ਬਹਾਦਰ ਦੀ ਫੋਟੋ ਲਾਵਾਂਗੇ ਤੇ ਤੁਸੀਂ ਇੱਧਰ ਦੇ ਰਹੋ, ਅੱਗੇ ਹਰਿਆਣਾ ਆ ਗਿਆ। ਕੱਚਾ ਦੁੱਧ ਪਤੀਲੀ ਮੈਂ, ਮੋਦੀ ਮਰ ਗਿਆ ਦਿੱਲੀ ਮੈਂ। ਭਾਈ ਘਣਈਆ ਦੀ ਉਹ ਸੇਵਾ, ਭਾਈ ਘਣਈਆ ਜਿਹਦੀ ਉਹ ਸੇਵਾ ਸਿਧਾਂਤ ਜਿਹੜਾ ਕਿਸੇ ਤਰ੍ਹਾਂ ਵਿੱਚ ਵੀ ਵਿਤਕਰਾ ਨਹੀਂ ਕਰਦਾ, ਤੇ ਉਹ ਤਸਵੀਰ ਦੇਖਣ ਨੂੰ ਮਿਲੀ ਸੀ ਕਿ ਪੁਲਿਸ ਮੁਲਾਜ਼ਮ ਲੰਗਰ ਛਕਿਆ। ਹਾਲਾਂਕਿ ਇਹਦੇ ਵਿੱਚ ਕੋਈ ਹਰਜ ਨਹੀਂ ਹੈ, ਇਸ ਚੀਜ਼ ਵਿੱਚ ਕੋਈ ਹਰਜ ਨਹੀਂ ਹੈ, ਤੇ ਉਹੀ ਤਸਵੀਰ ਸਾਨੂੰ ਦੇਖਣ ਨੂੰ ਮਿਲੀ। ਕਿਸਾਨ ਅੰਦੋਲਨ ਪਾਰਟ 2 ਦਾ ਆਗਾਜ਼ ਅੱਜ ਹੋਣ ਵਾਲਾ ਹੈ। ਕੁਝ ਸਮੇਂ ਦੇ ਵਿੱਚ ਇੱਥੋਂ ਜਿਹੜਾ ਕਿ ਹੈ ਦਿੱਲੀ ਕੂਚ ਵੱਲ ਦੇ ਜਿਹੜੇ ਚਾਲੇ ਪਾਉਣ ਦੀ ਵਿਉਂਤਬੰਦੀ ਘੜੀ ਜਾਵੇਗੀ, ਇੱਥੇ ਜਿਹੜਾ ਇਕੱਠ ਹੋਵੇਗਾ। ਪਰ ਉਸ ਤੋਂ ਪਹਿਲਾਂ ਤੁਹਾਨੂੰ ਤਸਵੀਰ ਦਿਖਾਉਂਦੇ ਹਾਂ, ਸ਼ੰਭੂ ਬਾਰਡਰ ਤੇ ਖੜੇ ਹਾਂ ਕਿ ਸ਼ੰਭੂ ਬਾਰਡਰ ਕਿਵੇਂ ਕਿਸਾਨ ਅੰਦੋਲਨ ਨੂੰ ਦੁਬਾਰਾ ਜਿਹੜੀਆਂ ਗੱਲਾਂ ਨੇ ਉਹ ਯਾਦ ਜਿਹੜੀਆਂ ਕਰਾਉਂਦਾ ਹੋਇਆ ਨਜ਼ਰ ਆ ਰਿਹਾ ਆ। ਇਹ ਉਹੀ ਸ਼ੰਭੂ ਬਾਰਡਰ ਹੈ ਜਿੱਥੇ ਪੰਜਾਬ ਤੋਂ ਬਾਅਦ ਹਰਿਆਣੇ 'ਚ ਐਂਟਰੀ ਹੁੰਦੀ ਹੈ ਕਿਸਾਨਾਂ ਦੀ। ਪਿਛਲੀ ਵਾਰ ਇਸੇ ਹੀ ਰੋਡ ਤੋਂ ਐਂਟਰੀ ਹੁੰਦੀ ਹੈ, ਇੱਥੇ ਹੀ ਟਾਕਰੇ ਹੋਏ, ਇੱਥੇ ਹੀ ਉਹ ਸਥਿਤੀ ਜਿਹੜੀ ਕਿ ਗੰਭੀਰ ਹੁੰਦੀ ਨਜ਼ਰ ਆਈ ਤੇ ਹੁਣ ਜਿਹੜੀ ਕਿ ਸਥਿਤੀ ਬਹੁਤ ਜ਼ਿਆਦਾ ਫਰਕ ਦੇ ਵਿੱਚ ਨਜ਼ਰ ਆ ਰਹੀ ਆ। ਤੇ ਤਸਵੀਰਾਂ ਤੁਹਾਨੂੰ ਕੁਝ ਪੁਰਾਣੀਆਂ ਯਾਦਾਂ ਵਾਲੀਆਂ ਤਸਵੀਰਾਂ ਦਿਖਾਉਣੇ, ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਜਿੱਥੇ ਪੁਲਿਸ ਪ੍ਰਸ਼ਾਸਨ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ, ਕਿਸਾਨਾਂ ਦੇ ਜਮਾਵ ਵਾਲੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਕਿ ਜਿਵੇਂ ਜਿਵੇਂ ਕਿਸਾਨ ਇਕੱਠੇ ਹੋ ਗਏ ਤਾਂ ਸਭ ਤੋਂ ਵੱਡੀ ਤਾਕਤ ਜਿਹੜੀ ਕਿਸਾਨਾਂ ਦੀ ਰਹੀ ਅੰਦੋਲਨ ਦੀ ਉਹ ਕਿਸਾਨਾਂ ਦੀ ਮੈਨੇਜਮੈਂਟ ਸੀ, ਤਾਂ ਉਹ ਮੈਨੇਜਮੈਂਟ ਕਿਸਾਨੀ ਲੰਗਰਾਂ ਦੇ ਨਾਲ ਜੁੜੀ ਹੋਈ ਸੀ ਕਿ ਲੰਗਰ ਜਿਹੜੇ ਨੇ ਗੁਰੂ ਕੇ ਲੰਗਰ ਨੇ ਉਹ ਇਸ ਅੰਦੋਲਨ ਦੇ ਵਿੱਚ ਢਾਲ ਬਣ ਕੇ ਖੜੇ ਰਹੇ ਕਿਸਾਨਾਂ ਦੇ ਨਾਲ ਤੇ ਉਹ ਲੰਗਰ ਜਿਹੜੇ ਲੱਗਣੇ ਸ਼ੁਰੂ ਹੋ ਚੁੱਕੇ ਨੇ। ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਲੰਗਰ ਜਿਹੜਾ ਕਿ ਹੈ ਉਹ ਲੱਗ ਚੁੱਕਿਆ ਆ, ਪ੍ਰਸ਼ਾਦੇ ਜਿਹੜੇ ਛਕਾਏ ਜਾ ਰਹੇ ਨੇ ਤੇ ਕਿਸਾਨ ਨੌਜਵਾਨ ਹਾਲਾਂਕਿ ਕੱਲ ਤੋਂ ਹੀ ਆਉਣੇ ਸ਼ੁਰੂ ਹੋ ਚੁੱਕੇ ਸੀ, ਕੱਲ ਹੀ ਜਿਹੜਾ ਕਿ ਹੈ ਉਹ ਕਿਸਾਨ ਨੇ ਉਹ ਨੌਜਵਾਨ ਨੇ ਉਹ ਆਉਣ ਲੱਗ ਪਏ ਸੀ ਤੇ ਬੜੀ ਖੂਬਸੂਰਤ ਤਸਵੀਰ। ਇਹ ਤਸਵੀਰਾਂ ਸਾਨੂੰ ਪਿਛਲੇ ਅੰਦੋਲਨ 'ਚ ਵੀ ਦੇਖਣ ਨੂੰ ਮਿਲੀਆਂ ਤੇ ਤਸਵੀਰ ਇੱਕ ਵਾਰ ਫਿਰ ਉਹ ਖੂਬਸੂਰਤ ਤਸਵੀਰ ਕਿ ਭਾਈ ਘਨਈਆ ਜੀ ਵਾਲਾ ਸਿਧਾਂਤ ਜੋ ਹੈ ਸਿੱਖੀ ਸੇਵਾ ਵਾਲਾ ਸਿਧਾਂਤ ਹੈ ਉਹ ਇਹਨਾਂ ਅੰਦੋਲਨਾਂ ਦੇ ਵਿੱਚ ਮਿਸਾਲ ਦੇ ਤੌਰ ਤੇ ਦੇਖਣ ਨੂੰ ਮਿਲਿਆ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਵੀਰ ਲੰਗਰ ਲੈ ਕੇ ਆਏ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੱਥੋਂ ਇਹ ਲੰਗਰ ਲਿਆਂਦਾ ਗਿਆ, ਕੌਣ ਇਹ ਸੇਵਾਦਾਰ ਨੇ, ਕੀ ਨਾਮ ਹੈ ਜੀ? ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹਰਮੀਤ ਸਿੰਘ ਹੈ ਜੀ। ਹਰਮੀਤ ਜੀ ਕਿੱਥੋਂ ਆਏ ਹੋ? ਮੈਂ ਵੈਸੇ ਰਾਜਪੁਰ ਹਾਂ, ਪਰ ਬੇਸਿਕਲੀ ਮੈਂ ਬਚਪਨ ਮੇਰਾ ਚੰਡੀਗੜ੍ਹ ਤੇ ਜੀਰਕਪੁਰ ਬੀਤਿਆ। ਇਹ ਜੀਰਕਪੁਰ ਦੇ ਵਿੱਚ ਰਹਿੰਦੇ ਹਾਂ ਜੀ, ਪ੍ਰੋਪਰਟੀ ਦਾ ਕੰਮ ਕਰਦੇ ਹਾਂ ਤੇ ਇਹਨਾਂ ਦਾ ਲੰਗਰ ਨਾਢਾ ਸਾਹਿਬ ਡੇਲੀ ਲਾਉਂਦੇ 10 ਸਾਲਾਂ ਤੋਂ ਤੇ ਅੱਜ ਮਾਰਨਿੰਗ ਉਰੇ ਲੰਗਰ ਲਾ ਕੇ ਮੈਂ ਵੀ ਇਹਨਾਂ ਦੇ ਨਾਲ ਲੱਗ ਗਿਆ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਆਪਾਂ ਵੀ ਸੇਵਾ ਕਰਦੇ ਹਾਂ, ਕਿਉਂਕਿ ਪਿਛਲੀ ਵਾਰ ਮੈਂ ਜਦੋਂ ਧਰਨਾ ਲੱਗਿਆ ਸੀ ਮੈਂ ਸ਼ਿਮਲਾ ਸੀਗਾ ਤੇ ਮੈਂ ਡਰਾਈਵ ਕਰਦਾ ਨੋਵਾ ਟੈਕਸੀ ਗੱਡੀ ਹੈ ਤੇ ਮੈਂ ਸਪੈਸ਼ਲ ਆਇਆ ਕਿ ਅੱਜ ਲੋਕਲ ਹੈ, ਅੱਜ ਮੈਨੂੰ ਵੀ ਜਾਣਾ ਚਾਹੀਦਾ ਤੇ ਬਲਕਿ ਮੈਨੂੰ ਇੰਨੀ ਨੌਲੇਜ ਨਹੀਂ ਹੈਗੀ, ਮੈਂ ਫੇਰ ਵੀ ਇਸ ਧਰਨੇ 'ਚ ਆਇਆ ਸਿਰਫ ਪੰਜਾਬ ਕਰਕੇ। ਨਾਢਾ ਸਾਹਿਬ ਤੁਸੀਂ ਲਾਉਣੇ ਹੋ ਖਾਸ ਖਾਸ ਸੇਵਾ ਕਿਉਂ? ਉੱਥੇ ਹੁੰਦੀਆਂ ਨੇ, ਜੋ ਵੀ ਮੰਗੀ ਹੈ ਨਾ ਉੱਥੋਂ ਮਿਲਦਾ। ਹਰ ਰੋਜ਼ 4 ਵਜੇ ਅਸੀਂ ਨਾਢਾ ਸਾਹਿਬ ਪਹੁੰਚਣਾ ਹੁੰਦਾ। ਉੱਥੇ ਕਮਾਂਡ ਹਸਪੀਟਲ ਹੈ, ਬੱਤੀ ਵਾਲੇ ਪੀਜੀਆਈ ਵਾਲੇ ਮਰੀਜ਼ ਬਹੁਤ ਆਏ ਹੁੰਦੇ ਆ, ਉਹਨਾਂ ਨੂੰ ਪੈਕਿੰਗ ਕਰਕੇ ਪ੍ਰਸ਼ਾਦੇ ਦੇਈਦਾ। ਜੋ ਫੋਰਨ ਵਾਲਾ ਸਿਸਟਮ ਹੈ, ਅਚਾਰ ਸਾਡਾ ਹੁੰਦਾ, ਪ੍ਰਸ਼ਾਦੇ ਉੱਥੇ ਗੁਰੂ ਘਰ ਦੇ ਹੁੰਦੇ ਰਾਤ ਦੇ। 15-16 ਸਾਲ ਤੋਂ ਸਾਡਾ ਇਹ ਕੰਮ ਚੱਲ ਰਿਹਾ। ਦੋ ਹੀ ਨਾਂਗੇ ਪਏ ਆ, ਇੱਕ ਦਿਨ ਪੋਤੀ ਨੂੰ ਚੜ੍ਹਾਉਣ ਗਿਆ ਸੀ, ਇੱਕ ਦਿਨ ਉਹ ਆਪਣੇ ਘਰਾਂ ਕੋਲ ਕੰਮ ਸੀ, ਮਾਤਾ ਦੀ ਡੈਥ ਹੋ ਗਈ, ਉਹ ਨਾਂਗਾ ਪਿਆ ਸੀ।
ਬਾਕੀ ਬੇਟਿਆਂ ਦੀ ਮੈਰਿਜ ਵਾਲੇ ਦਿਨ ਵੀ ਕੋਈ ਨਾਂਗਾ ਨਹੀਂ ਹੈ, ਪਹਿਲਾਂ ਉੱਥੇ ਸੇਵਾ ਕਰਕੇ ਆਵਾਂਗੇ ਤੇ ਫਿਰ ਬਰਾਤ ਚੜਾਂਗੇ। 15 ਸਾਲ ਤੋਂ 10-15 ਸਾਲ ਏਦਾਂ ਹੀ ਸੇਵਾ ਕਰਦੇ ਆ? ਏਦਾਂ ਡੇਲੀ ਚੱਲਦਾ ਜੀ। ਮੇਰੇ 5 ਪੋਤੇ ਆ, ਪੋਤੇ ਵੀ ਡੇਲੀ ਸੇਵਾ ਕਰਦੇ ਆ। ਵੱਡਾ ਪੋਤਾ ਸਰਦਾਰ ਦਿਲਬਾਗ ਸਿੰਘ, ਛੋਟਾ ਖੜਕ ਸਿੰਘ, ਛੋਟਾ ਚੰਗਿਆੜਾ ਸਿੰਘ, ਉਸ ਤੋਂ ਛੋਟਾ ਜਥੇਦਾਰ ਬਘੇਲ ਸਿੰਘ ਜੀ ਨੇ ਦਿੱਲੀ ਦਾ ਝੰਡਾ ਚੜਾਇਆ ਸੀ, ਉਹ ਦਿੱਲੀ ਜਿੱਤੀ ਸੀ। ਰੱਖੇ ਹੋਏ ਨੇ ਸੂਰਮਿਆਂ ਦੇ ਨਾਂ ਰੱਖੇ ਹੋਏ ਨੇ। ਹਾਂਜੀ, ਉਦੋਂ ਛੋਟਾ ਪੰਜਾਬ ਦਾ ਵਾਰਸ ਜਿਹਨੇ ਪੰਜਾਬ ਦੀ ਵਾਗਡੋਰ ਸੰਭਾਲਣੀ ਹੈ, ਇੱਥੇ ਹੀ ਅਸੀਂ ਲਾ ਦੇਣਾ ਆਪਣਾ ਜਗਾੜ ਖਾਨਾ। ਹਾਂਜੀ, 60 ਫੁੱਟ ਉੱਚਾ ਗੇਟ ਲਾਵਾਂਗੇ, ਥੱਲਿਓ ਸਾਰੇ ਮੋਦੀ ਸਾਹਿਬ ਆਪੇ ਲੰਘਣਗੇ। ਪਰ ਜਿਵੇਂ ਪੇਸ਼ ਕੀਤਾ ਜਾ ਰਿਹਾ ਬਜ਼ੁਰਗੋ, ਉਹ ਸਾਹਮਣੇ ਬਹਾਦਰ ਦੀ ਫੋਟੋ ਲਾਵਾਂਗੇ। ਕੱਚਾ ਦੁੱਧ ਪਤੀਲੀ ਮੈਂ, ਮੋਦੀ ਮਰ ਗਿਆ ਦਿੱਲੀ ਮੈਂ। ਬੜੀ ਖੂਬਸੂਰਤ ਤਸਵੀਰ ਇੱਕ ਤੁਹਾਨੂੰ ਇੱਥੇ ਦਿਖਾਈ ਕਿ ਕਿਸਾਨੀ ਅੰਦੋਲਨ ਦੀਆਂ ਉਹ ਤਸਵੀਰਾਂ ਜਿੱਥੇ ਬਜ਼ੁਰਗ ਲੰਗਰ ਲਾਉਂਦੇ ਨੇ ਤੇ ਭਾਈ ਘਨੱਈਆ ਦੀ ਉਹ ਸੇਵਾ, ਭਾਈ ਘਨੱਈਆ ਜੀ ਦੀ ਉਹ ਸੇਵਾ ਸਿਧਾਂਤ ਜਿਹੜਾ ਕਿਸੇ ਤਰ੍ਹਾਂ ਵਿੱਚ ਵੀ ਵਿਤਕਰਾ ਨਹੀਂ ਕਰਦਾ, ਤੇ ਉਹ ਤਸਵੀਰ ਦੇਖਣ ਨੂੰ ਮਿਲੀ ਸੀ ਕਿ ਪੁਲਿਸ ਮੁਲਾਜ਼ਮ ਲੰਗਰ ਛਕਿਆ। ਹਾਲਾਂਕਿ ਇਹਦੇ ਵਿੱਚ ਕੋਈ ਹਰਜ ਨਹੀਂ ਹੈ, ਇਸ ਚੀਜ਼ ਵਿੱਚ ਕੋਈ ਹਰਜ ਨਹੀਂ ਹੈ, ਤੇ ਉਹੀ ਤਸਵੀਰ ਸਾਨੂੰ ਦੇਖਣ ਨੂੰ ਮਿਲੀ ਕਿ ਜਦੋਂ ਜਿਨ੍ਹਾਂ ਨੇ ਡਾਂਗਾਂ ਭਰਾਈਆਂ ਸੀ ਤੇ ਉਹਨਾਂ ਨੂੰ ਹੀ ਇਹ ਕਿਸਾਨ ਜਿਹੜਾ ਕਿ ਆ ਆਪਣਾ ਸਮਝ ਕੇ ਲੰਗਰ ਛਕਾਉਂਦੇ ਸੀ। ਇਹ ਭਾਈ ਘਨੱਈਆ ਜੀ ਦਾ ਸੇਵਾ ਸਿਧਾਂਤ ਮਿਲਿਆ ਹੋਇਆ ਆ, ਤੇ ਉਸੇ ਦੇ ਚੱਲਦੇ ਹੋਏ ਜਿਹੜਾ ਲੰਗਰ ਦੀ ਸੇਵਾ ਇੱਥੇ ਵੀ ਕੀਤੀ ਜਾ ਰਹੀ ਹੈ। ਸੋ ਤਸਵੀਰਾਂ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ, ਇਹ ਵੱਖੋ ਵੱਖਰੀ ਤਸਵੀਰਾਂ ਨੇ। ਉਹ ਜੋਸ਼, ਉਹ ਟਰੈਕਟਰਾਂ ਵਾਲਾ ਜੋਸ਼ ਕਿਸਾਨਾਂ ਦਾ ਇੱਕ ਵਾਰ ਫਿਰ ਵੇਖਣ ਨੂੰ ਮਿਲ ਰਿਹਾ ਹੈ, ਤੇ ਕਿਸਾਨ ਇਸ ਵਕਤ ਜਿਹੜਾ ਕਿ ਹੈ ਉਹ ਬਾਰਡਰਾਂ ਤੇ ਡਟਦੇ ਹੋਏ ਨਜ਼ਰ ਆ ਰਹੇ ਨੇ। ਤਸਵੀਰਾਂ ਜਿਹੜੀਆਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ, ਲੰਗਰ ਲੱਗਣੇ ਸ਼ੁਰੂ ਹੋ ਚੁੱਕੇ ਨੇ, ਪਹਿਲਾ ਲੰਗਰ ਜਿਹੜਾ ਕਿ ਪਹੁੰਚ ਚੁੱਕਿਆ ਆ, ਤੇ ਕੁਝ ਸਮੇਂ ਦੇ ਵਿੱਚ ਜਿਹੜਾ ਕਿ ਆ ਇੱਥੋਂ ਨਵੀਂ ਕਾਲ ਦਿੱਤੀ ਜਾਵੇਗੀ। ਉਸ ਕਾਲ ਤੋਂ ਬਾਅਦ ਦੇਖਣਾ ਹੈ ਇਸ ਅੰਦੋਲਨ ਦਾ ਰੂਪ ਕੀ ਹੁੰਦਾ ਆ। ਨਸਰ ਖਾਬ ਆਪਣੇ ਸਹਿਯੋਗੀ ਅਮਨਦੀਪ ਦੇ ਨਾਲ ਰੋਜ਼ਾਨਾ ਸਪੋਕਸਮੈਨ ਸ਼ੰਭੂ ਬਾਰਡਰ।